ਪਿੰਡਾਂ 'ਚ ਜਿਹੜੇ ਜਾਣ ਬੁੱਝ ਕੇ ਦਖਲ ਅੰਦਾਜ਼ੀ ਕਰਦੇ, ਜਦੋਂ ਕੋਈ ਕਹਿੰਦੇ ਅਸੀਂ ਤਾਂ ਸਭ ਦੇ MLA ਹਾਂ। ਢਿੱਲੋਂ ਸਾਹਿਬ ਨੇ ਦੇਖੋ ਕਰਿਆ ਤਾਂ ਹੈ ਆ, ਮਾੜਾ ਹੀ ਕਰਿਆ, ਇਸਨੇ ਕਰਵਾਈ ਹੈ ਮੇਰੀ ਇਨਕੁਆਰੀ। ਵੈਸੇ ਤਾਂ ਫਿਰ ਇਨਕੁਆਰੀ ਕਰਾਉਣ ਦੇ ਬਾਅਦ ਇਹਨੂੰ ਪਤਾ ਲੱਗ ਗਿਆ ਨਾ ਵੀ ਮੇਰਾ ਕੋਈ ਹਿੱਲਾ ਨਹੀਂ ਹੋਣੇਗਾ, ਤਾਂ ਇਹਨੇ ਮੇਰੇ ਰਿਸ਼ਤੇਦਾਰ ਦੇ ਥਰੂ ਮੈਨੂੰ ਚੰਡੀਗੜ੍ਹ ਬੁਲਾਇਆ। ਉੱਥਾ ਮੈਂ ਬਹੁਤ ਬੇਇੱਜ਼ਤੀ ਕਰੀ, ਇਸਕੀ ਹੱਥ ਬੰਨ੍ਹ ਕੇ ਖੜ ਗਿਆ ਵੀ ਮੈਂ ਅੱਜ ਤੋਂ ਬਾਅਦ ਤੇਰੇ ਖਿਲਾਫ਼ ਹਾਂ। ਫਿਰ ਵੋਟ ਪਾ ਦੇਣਗੇ ਲੋਕ? ਹਾਂ ਹਾਂ, ਵੋਟ ਪਾ ਦੇਣ। ਕਾਂਗਰਸਾਂ ਨੇ ਵੀ ਇਹੀ ਕਿਹਾ ਵੀ ਜੇ ਅਗਰ ਇਸ ਨੂੰ ਵੋਟ ਟਿਕਟ ਮਿਲ ਗਈ MC ਦੀ ਤਾਂ ਸਾਰੀ ਵੋਟ ਇਹਨੂੰ ਪੈਣੀ, ਕਿਸੇ ਨੂੰ ਇੱਕ ਵੋਟ ਨਹੀਂ ਪੈਣੀ। ਇੱਕ ਵਾਰ ਮਨ ਚ ਆਉਂਦੀ ਨੀ ਕਿ ਵੀ ਅਸੀਂ ਗਲਤ ਪੰਗਾ ਲੈ ਲਿਆ, ਅਸੀਂ ਤਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੀ ਸੀ, ਪਰ ਸਾਨੂੰ ਉਲਟਾ ਜਿਹੜਾ ਫਸਾਉਣ ਦੀ ਕੋਸ਼ਿਸ਼? ਮਤਲਬ ਮੈਂ ਖੜਦਾ ਨੀ, ਜੇ ਖੜਿਆ ਵੀ ਮੈਂ 1 ਰੁਪਈਏ ਨੀ ਖਰਚ ਕਰਨਾ, ਵੀ ਮੈਂ ਘਰਾਂ ਬੈਠੇ ਨੂੰ ਵੋਟਾਂ ਪਾਊ ਜੀ ਨੀ ਪਾਣੀ। ਅੱਜ ਦੇ ਲੀਡਰਾਂ ਦਾ ਤੇ ਉਸ ਸਮੇਂ ਦੇ ਲੀਡਰਾਂ ਦਾ ਕਿੰਨਾ ਕੁ ਫਰਕ ਦੇਖਦੇ ਹੋ? ਮਹਾਰਾ ਜਿਹੜਾ MLA ਬਣਿਆ ਇਸ ਟਾਈਮ ਆਮ ਪਾਰਟੀ ਦਾ, ਇਹ ਕਿਸੇ ਵੀ ਪਿੰਡ ਦੇ ਵਿੱਚ ਵੋਟ ਮੰਗਣ ਨਹੀਂ ਗਿਆ, ਹਵਾ ਹੀ ਇਹੀ ਜਿਹੀ ਬਣ ਗਈ ਲੋਕਾਂ ਦੀ ਸਾਰਿਆਂ ਦੀ ਵੀ ਆਮ ਪਾਰਟੀ ਸਰਕਾਰ ਬਣਾਓ। ਪਿੰਡ ਵਾਲਿਆਂ ਨੇ ਕਈ ਵਾਰੀ ਮਲਬਾ ਪਾ ਲਿਆ, ਪਰ ਸਰਕਾਰ ਉਸਨੂੰ ਬਣਾਉਣੇ ਤੱਕ ਨਹੀਂ ਆਈ, ਨਾ ਕਾਂਗਰਸ ਨੇ ਬਣਾਈ ਨਾ ਆਮ ਬਣਾ ਰਹੀ, ਲੰਘਣਾ ਵੀ ਔਖਾ ਹੋਇਆ ਵਾ। ਤੁਸੀਂ ਸੰਤੁਸ਼ਟ ਸੀ ਜਿਹੜਾ ਤੁਸੀਂ ਕੰਮ ਕਾਰ ਕਰਾਇਆ? ਇੰਸਪੈਕਟਰ ਨੇ ਮੇਰੀ ਸਾਰੀ ਇਨਕੁਆਰੀ ਕਰੀ, ਦਾਣਾ ਦਾਣਾ ਮਿਣਤੀ, 3 ਦਿਨ ਮੈਂ ਮੇਰੀ ਮਿਣਤੀ ਹੋਈ ਪਿੰਡ ਦੀ, ਜੋ ਮੈਂ ਦੱਸਿਆ ਗਲੀਆਂ ਦੇ ਵਿੱਚ ਉਹੀ ਨਿਕਲਿਆ। ਮੈਂ ਇੰਸਪੈਕਟਰ ਗੱਲ ਪਹਿਲਾਂ ਗੱਲ ਕਰ ਲਈ, ਮਾਂ ਮੇਰੀ ਗੱਲ ਸੁਣਨਾ, ਜੇ ਮੈਨੂੰ ਗਲਤ ਗੁਮਰਾਹ ਕਰਿਆ ਤਾਂ ਮੈਂ ਹਾਈ ਕੋਰਟ ਜੀ। ਫਿਰ ਇਹਨਾਂ ਨੇ ਮੈਨੂੰ ਨੋਟ ਕੱਢਦਿਆ, ਫਿਰ ਵੀ ਮੈਂ ਬਹਾਨਾ ਮਾਰਿਆ ਵੀ ਤੇਰੀ ਇਨਕੁਆਰੀ ਦੁਬਾਰਾ ਫਿਰ ਹੋਣੀ ਆ, ਵੀ ਜ਼ੋਰ ਪਿਆ ਗਿਆ ਰਾਣੀ ਸਾਹਿਬ ਦਾ, ਮੈਂ ਵਿਜੀਲੈਂਸ ਕੇ ਉੱਪਰ ਕੇਸ ਪਾ ਲਿਆ। ਸਰਕਾਰੀ ਸੱਤ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ, ਮੈਂ ਸਤਨਾਮ ਸਿੰਘ ਬਠੋਈ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਰਕਾਰੀ ਸੱਤ। ਤਾਂ ਇਸ ਪ੍ਰੋਗਰਾਮ ਵਿੱਚ ਅਸੀਂ ਪਿੰਡ ਪਿੰਡ ਜਾ ਕੇ ਪਿੰਡ ਦੇ ਜੋ ਹਾਲਾਤ ਨੇ, ਪਿੰਡ 'ਚ ਜੋ ਡਿਵੈਲਪਮੈਂਟ ਸਰਪੰਚਾਂ ਵੱਲੋਂ ਕਰਵਾਈ ਗਈ ਹੈ ਜਾਂ ਸਰਪੰਚਾਂ ਦਾ ਅੱਗੇ ਕੀ ਸੁਪਨਾ ਹੈ ਉਸ ਸੰਬੰਧੀ ਗੱਲਬਾਤ ਕਰਾਂਗੇ। ਤਾਂ ਅੱਜ ਪਹੁੰਚੇ ਹਾਂ ਜੀਰਕਪੁਰ ਦੇ ਪਿੰਡ ਛੱਤ ਵਿੱਚ, ਤਾਂ ਪ੍ਰੋਗਰਾਮ ਵੀ ਸਾਡਾ ਬਿਲਕੁਲ ਮਿਲਦਾ ਜੁਲਦਾ ਹੈ ਕਿ ਸਰਕਾਰੀ ਸੱਤ। ਤਾਂ ਇਸ ਸੰਬੰਧੀ ਅੱਜ ਪਿੰਡ ਸੱਤ ਜਿਹੜਾ ਛੱਤ ਪਿੰਡ ਹੈ ਉਸ 'ਚ ਗੱਲਬਾਤ ਕਰਦੇ ਹਾਂ। ਸਾਬਕਾ ਸਰਪੰਚ ਨੇ ਸਾਡੇ ਨਾਲ, ਗੁਰਚਰਨ ਸਿੰਘ ਸਰਪੰਚ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਸਰਪੰਚ ਸਾਹਿਬ, ਪਿੰਡ ਦੇ ਵਿਕਾਸ ਕਾਰਜ ਕਿੰਨੇ ਕੁ ਜਿਹੜੇ ਆ ਤੁਹਾਡੇ ਸਮੇਂ ਹੋਏ, ਤਾਂ ਕੀ ਕੁਝ ਜਿਹੜੀਆਂ ਦਿੱਕਤਾਂ ਵੀ ਆਈਆਂ ਹੋਣਗੀਆਂ, ਤਾਂ ਕਿਵੇਂ ਜਿਹੜੇ ਆ ਵਿਕਾਸ ਕਾਰਜ ਕਰਵਾਏ ਅਤੇ ਹੋਰ ਅੱਗੇ ਜਿਹੜੇ ਲੋਕਾਂ ਦੇ ਕੰਮ ਕਰਨ ਦੇ ਲਈ ਕੁਝ ਸੁਪਨਾ ਹੈਗਾ? ਦੇਖੋ ਜੀ, ਗੱਲ ਇਸ ਤਰ੍ਹਾਂ, ਜਦੋਂ ਅਸੀਂ ਸਰਪੰਚ ਬਣੇ 98 ਦੇ ਵਿੱਚ, ਉਸ ਟਾਈਮ ਕਾਦੀ ਸਰਕਾਰ ਤੇ, ਕਾਦੀ ਸਰਕਾਰ ਹੋਣ ਦੇ ਬਾਵਜੂਦ ਮੇਰਾ ਪਹੁੰਚ ਪਹੁੰਚਤੀ ਮੇਰੀ, ਮੈਂ ਉਸ ਟਾਈਮ 98 ਲੱਖ ਰੁਪਇਆ ਸਰਕਾਰ ਤੋਂ ਲਿਆ। ਉਸ ਤੋਂ ਪਹਿਲਾਂ ਮੈਂ ਸ਼ੁਰੂ ਕੰਮ ਕਰਿਆ 98 ਲੱਖ ਗੱਲ, ਫਿਰ ਗਲੀਆਂ ਵੀ ਸਾਰੀ ਪਿੰਡ ਗਈ, ਜਿੰਨਾ ਬੜਾ ਪਿੰਡ ਆ, ਮਤਲਬ 3000 ਤੋਂ ਉੱਪਰ ਵੋਟ ਸੀ ਉਸ ਪਿੰਡ ਦੇ ਵਿੱਚ, ਸਾਰੀਆਂ ਗਲੀਆਂ ਟੋਟਲੀ ਮੈਂ ਇੰਟਾ ਗੱਲ ਵਿਛਾਈਆਂ। ਉਸ ਤੋਂ ਬਾਅਦ ਫਿਰ ਕੋਈ ਜ਼ਮੀਨ ਕੁਵਾਇਰ ਕਰੀ ਗੌਰਮੈਂਟ ਨੇ ਸੜਕਾਂ ਸੁੜਕਾਂ ਵਾਸਤੇ, ਆਏ ਜਿਹੜੇ ਏਅਰਪੋਰਟ ਬਣਿਆ ਉਹ ਤੋਂ ਸ਼ਿਆਮ ਲਾਟ ਦਾ ਪੈਸਾ ਆਇਆ, ਸੜਕਾਂ ਵਗੋਰ 1 ਕਰੋੜ ਤੋਂ ਉੱਪਰ ਆਇਆ, ਤਕਰੀਬਨ 1 ਕਰੋੜ ਰੁਪਈਆ ਮੈਂ ਫਿਰ ਗਲੀਆਂ ਉੱਪਰ ਬਾਜਰੀ ਵਿਛਾਈ। ਬਾਜਰੀ ਵਿਛਾਉਣ ਤੋਂ ਬਾਅਦ ਫਿਰ 53 ਕੁ ਲੱਖ ਰੁਪਈਆ ਅੰਦਾਜ਼ਾ ਪੈਕਸ ਵਾਸਤਾ, ਮਤਲਬ ਕਮਿਊਨਿਟੀ ਸੈਂਟਰ ਵਾਸਤਾ ਰੱਖ ਲਿਆ। ਉਸ ਤੋਂ ਬਾਅਦ ਫਿਰ ਮੇਰੀ ਪੰਚਾਇਤ ਟੁੱਟ ਗਈ, ਪੰਚਾਇਤ ਟੁੱਟਣ ਦੇ ਬਾਅਦ ਫਿਰ ਹਰੀਜਨਾਂ ਦੀ ਪੰਚਾਇਤ ਬਣਾ ਦਿੱਤੀ, ਕਾਂਗਰਸ ਦਾ ਟਾਈਮ ਆ ਗਿਆ ਉਸ ਟਾਈਮ। ਚਲੋ ਉਸ ਤੋਂ ਬਾਅਦ, ਅੱਛਾ ਉਸ ਟਾਈਮ ਮੇਰੇ ਟਾਈਮ ਧਰਮਸ਼ਾਲਾ ਬਣੀਆਂ, ਹਰੀਜਨਾਂ ਦੀ ਧਰਮਸ਼ਾਲਾ ਇੱਕ ਮੈਂ ਬਣਾਈ, ਦੂਆ ਨੰਬਰ ਇੱਕ ਧਰਮਸ਼ਾਲਾ ਵਾਲਮੀਕਾਂ ਦੀ ਬਣਾਈ, ਇੱਕ ਧਰਮਸ਼ਾਲਾ ਗਟਰ ਜੀ ਬਰਾਦਰੀ ਦੀ ਬਣਾਈ, ਇੱਕ ਧਰਮਸ਼ਾਲਾ ਸੈਣੀ ਬਰਾਦਰੀ ਦੀ ਬਣਾਈ।
ਇਤਨੀਆਂ ਤਾਂ ਮੈਂ ਬਣਾਈਆਂ, ਮਤਲਬ ਧਰਮਸ਼ਾਲਾ, ਜਾਣੀ ਕਿ ਸਾਰੇ ਧਰਮਾਂ ਨੂੰ ਪਹਿਲ ਦਿੱਤੀ ਆ ਤੁਸੀਂ, ਚਾਹੇ ਜੋ ਮਰਜ਼ੀ ਆ, ਹਰ ਇੱਕ ਨੂੰ ਇੱਕ ਬਰਾਬਰ ਤੋਲਿਆ। ਹਾਂਜੀ, ਤਾਂ ਜੇਕਰ ਦੇਖਿਆ ਜਾਵੇ ਬਹੁਤ ਸਾਰੀਆਂ ਮੁਸ਼ਕਲਾਂ ਉਸ ਟਾਈਮ ਹੁੰਦੀਆਂ ਹੋਣਗੀਆਂ, 98 ਲੱਖ ਉਸ ਟਾਈਮ ਬਹੁਤ ਹੁੰਦਾ ਹੁਣ ਸੀਗਾ, ਅਤੇ ਉਸ ਸਮੇਂ ਜਿਹੜੇ ਆਉਣ ਜਾਣ ਦੇ ਸਾਧਨ ਸੀ, ਫੋਨ ਕਾਲ 'ਤੇ ਜਿਹੜਾ ਹੈ ਹੀ ਨਹੀਂ ਸੀਗਾ ਫੋਨ ਉਸ ਟਾਈਮ ਤਾਂ ਉਦੋਂ ਕੀ ਦਿੱਕਤ ਆਉਂਦੀਆਂ ਸੀਗੀ, ਸੰਪਰਕ ਕਿਵੇਂ ਹੁੰਦਾ ਸੀਗਾ ਮੰਤਰੀਆਂ ਨਾਲ, MLA ਨਾਲ? ਸਕੂਟਰ ਰੱਖੋ ਹੀ ਮੈਂ ਹੁੰਦੇ ਆਪਣੇ ਪਾਸ, ਸਕੂਟਰ ਮੋਟਰਸਾਈਕਲ 'ਤੇ ਚਲੇ ਜਾਂਦੇ ਉੱਥਾਂ ਚੰਡੀਗੜ੍ਹ, ਉੱਥੇ ਜਾ ਕੇ ਵੀ ਗਰਾਂਟਾਂ ਲੈਣੀਆਂ। ਪਰ ਮਹਾਰਾਜ ਜਿਹੜਾ ਮੁੱਖ ਖਜ਼ਾਨਾ ਮੰਤਰੀ ਜਾਂ ਕੈਪਟਨ ਸਾਹਿਬ ਆ, ਉਹ ਤਾਂ ਪਿੰਡ ਪਿੰਡ ਆਣ ਕੇ ਨਾ ਆਪ ਪੰਚਾਇਤਾਂ ਨੂੰ ਪੁੱਛਗਾ ਵੀ ਕਿੰਨੀ ਗਰਾਂਟ ਚਾਹੀਦੀ ਸਾਨੂੰ, ਕਿੰਨੀ ਚਾਹੀਦੀ ਸਾਰੀ ਪੰਚਾਇਤਾਂ ਨੂੰ। ਕੈਪਟਨ ਕਮਲ ਜੀ? ਹਾਂ ਕਮਲਜੀਤ ਜੀ ਨੇ। ਜੇਕਰ ਦੇਖਿਆ ਜਾਵੇ ਕਿ ਲੋਕਾਂ 'ਚ ਬਹੁਤ ਸਾਰੇ ਜਿਹੜੇ ਆ ਸਵਾਲ ਵੀ ਖੜ੍ਹੇ ਹੁੰਦੇ ਆ ਕਿ ਸਰਪੰਚ ਨੇ ਇਹ ਕੰਮ ਨਹੀਂ ਕਰਵਾਇਆ, ਉਹ ਕੰਮ ਨਹੀਂ, ਤਾਂ ਉਹ ਵੀ ਤੁਹਾਡੇ 'ਤੇ ਸਵਾਲ ਖੜ੍ਹੇ ਹੋਣੇ, ਤੁਸੀਂ ਸੰਤੁਸ਼ਟ ਸੀ ਜਿਹੜਾ ਤੁਸੀਂ ਕੰਮ ਕਾਰ ਕਰਾਇਆ? ਹਾਂ ਹਾਂ, ਮੈਂ ਬਿਲਕੁਲ ਸੰਤੁਸ਼ਟ ਸੀ। ਜਿੱਥੇ ਜਦ ਮੇਰੀ ਗਰਾਂਟਾਂ ਲੱਗਣ ਤੋਂ ਬਾਅਦ ਜਦ ਦੂਜੀ ਸਰਕਾਰ ਆਈ ਕਾਂਗਰਸ ਦੀ, ਉਸ ਤੋਂ ਬਾਅਦ ਮੇਰੀਆਂ ਇਨਕੁਆਇਰੀਆਂ 3 ਕਰਾਈਆਂ ਇਹਨਾਂ ਨੇ, ਪਹਿਲਾਂ ਮਹਿਕਮੇ ਕੰਨੀ 'ਤੇ ਕਰਾਈਆਂ 2, ਫਿਰ ਵਿਜੀਲੈਂਸ 'ਤੇ ਕਰਾਈ, ਬਲਕਿ ਮੇਰਾ ਸਰਕਾਰ ਕੰਨੀ 2,25,000 ਰੁਪਇਆ ਖੜ ਗਿਆ, ਵਾਧੂ ਖਰਚ ਹੋਇਆ। ਇੰਸਪੈਕਟਰ ਨੇ ਮੇਰੀ ਸਾਰੀ ਇਨਕੁਆਇਰੀ ਕਰੀ, ਦਾਣਾ ਦਾਣਾ ਮਿਣਤੀ, 3 ਦਿਨ ਮੈਂ ਮੇਰੀ ਮਿਣਤੀ ਹੋਈ ਪਿੰਡ ਕੀ, ਜੋ ਮੈਂ ਦੱਸਿਆ ਗਲੀਆਂ ਦੇ ਵਿੱਚ ਉਹੀ ਨਿਕਲਿਆ, ਉਸ ਤੋਂ ਬਾਅਦ ਫਿਰ ਕੁਛ ਨਹੀਂ ਹੋਇਆ। ਇਹਨਾਂ ਨੇ ਜ਼ੋਰ ਲਾਇਆ ਵੀ ਕਿ 10,000 ਰੁਪਇਆ ਪਾ ਕੇ ਇਹਨੂੰ ਇੱਕ ਵਾਰੀ ਰਾਜਪੁਰਾ ਹਟਵਾ ਦਿਓ ਵੀ ਬਸ। ਉਹ ਮੈਂ ਇੰਸਪੈਕਟਰ ਗੱਲ ਪਹਿਲਾਂ ਗੱਲ ਕਰ ਲਈ, ਮਾਂ ਮੇਰੀ ਗੱਲ ਸੁਣਨਾ, ਜੇ ਮੈਨੂੰ ਗਲਤ ਗੁਮਰਾਹ ਕਰਿਆ ਤਾਂ ਮੈਂ ਹਾਈ ਕੋਰਟ ਹਾਂ, ਫਿਰ ਕਦੀ ਕੱਲੂ ਕਹਾਂ ਮੈਂ ਥਾਰੇ ਪੁੱਤ ਜਾਊਂਗਾ, ਫਿਰ ਕਦੀ ਕਹਾਂ ਮੈਂ ਦੁਬਾਰਾ ਵੀ ਇਨਕੁਆਇਰੀ ਕਰਾ ਸਕਾਂ, ਜੇ ਤੁਸੀਂ 3 ਵਾਰੀ ਇਨਕੁਆਇਰੀ ਕਰ ਲਈ ਮੈਂ ਦੁਬਾਰਾ ਵੀ ਜਾ ਸਕਾਂ, ਮੈਂ ਹਾਈ ਕੋਰਟ 'ਤੇ ਲੈ ਕੇ ਆਊਂਗਾ ਫਿਰ ਸਿੱਧਾ। ਚੱਲ ਜੀ, ਫਿਰ ਇਹਨਾਂ ਨੇ ਮੈਨੂੰ ਨੋਟ ਕੱਢਦਿਆ ਫਿਰ ਵੀ ਮੈਂ ਬਹਾਨਾ ਮਾਰਿਆ ਵੀ ਤੇਰੀ ਇਨਕੁਆਇਰੀ ਦੁਬਾਰਾ ਫਿਰ ਹੋਣੀ ਆ, ਵੀ ਜ਼ੋਰ ਪੈ ਗਿਆ ਰਾਣੀ ਸਾਹਿਬ ਕਾ, ਬਸ ਉਹ ਰਾਣੀ ਸਾਹਿਬ ਕਾ ਜ਼ੋਰ ਪੈ ਗਿਆ, ਮੈਨੂੰ ਪਤਾ ਲੱਗ ਗਿਆ, ਦੱਸ ਦਿਆ ਇੰਸਪੈਕਟਰ ਨੇ ਇਨਕੁਆਇਰੀ ਦੁਬਾਰਾ ਹੋਣੀ, ਕਹਾਂ ਵੀ ਮੈਂ ਤਾਂ SSP ਨੇ ਜਵਾਬ ਦੇ ਦਿਆ ਵੀ ਮੈਂ ਨਹੀਂ ਕਰਤਾ ਇਨਕੁਆਇਰੀ, ਵੀ ਹੋਰ ਕੋਈ ਡਿਊਟੀ ਲਾ ਦਿਓ, ਜ਼ਿਆਦਾ ਕਰਾਂਗੇ ਮੇਰੀ ਬਦਲੀ ਕਰ ਦਿਓ ਕਹਾ ਉਹ 'ਤੇ ਇੰਸਪੈਕਟਰ ਲੱਗਿਆ ਕਹਿਣ। ਚੱਲ ਜੀ, ਉਹ ਵੀ ਹੋ ਗਿਆ, ਉਸ ਤੋਂ ਬਾਅਦ ਜੀ ਫਿਰ ਮੈਂ ਹਾਈ ਕੋਰਟ ਗਿਆ, ਮੈਂ ਵਿਜੀਲੈਂਸ 'ਤੇ ਉੱਪਰ ਕੇਸ ਪਾ ਲਿਆ, ਇਹਨੇ ਬੰਦਿਆਂ ਦੇ 9 ਲੀਕਾਂ ਜਿਹੜੇ ਕਰਾਉਣੇ ਤੇ 3 ਬੰਦੇ ਤੇ ਸਿਰਫ, ਹਾਂ ਪਿੰਡ ਕੇ, ਮਤਲਬ ਗਲਤ ਤੇ ਬੰਦੇ ਠੀਕ ਨਹੀਂ ਤੇ ਹੈਗੇ। ਹਾਂ, ਜੇਕਰ ਗੱਲ ਕਰੀਏ ਕਿ ਅੱਜ ਦੇ ਲੀਡਰਾਂ ਦਾ ਅਤੇ ਉਸ ਸਮੇਂ ਦੇ ਲੀਡਰਾਂ ਦਾ ਕਿੰਨਾ ਕੁ ਫਰਕ ਦੇਖਦੇ ਹੋ, ਕਿ ਉਸ ਸਮੇਂ ਜਿਹੜੇ ਲੀਡਰ ਪਿੰਡਾਂ ਵਿੱਚ ਕਹਿ ਕੇ ਜਾਂਦੇ ਸੀ, ਲੋਕਾਂ ਨੂੰ ਕਹਿ ਕੇ ਜਾਂਦੇ ਸੀ, ਉਹ ਬੋਲ ਪਗਾਉਂਦੇ ਸੀ, ਜਾਂ ਅੱਜ ਦੇ ਲੀਡਰ ਜ਼ਿਆਦਾ ਬੋਲ ਪਗਾ ਰਹੇ? ਮਤਲਬ ਇਸ ਤਰ੍ਹਾਂ ਜੀ, ਮਹਾਰਾਜ ਜਿਹੜਾ MLA ਬਣਿਆ ਇਸ ਟਾਈਮ ਆਮ ਪਾਰਟੀ ਦਾ, ਇਹ ਕਿਸੇ ਵੀ ਪਿੰਡ ਦੇ ਵਿੱਚ ਵੋਟ ਮੰਗਣ ਨਹੀਂ ਗਿਆ, ਹਵਾ ਹੀ ਇਹੀ ਜਿਹੀ ਬਣ ਗਈ ਲੋਕਾਂ ਦੀ ਸਾਰਿਆਂ ਦੀ ਵੀ ਆਮ ਪਾਰਟੀ ਸਰਕਾਰ ਬਣਾਊ ਅੱਗੇ ਨੂੰ, ਵੀ ਤਾਂ ਕਰਕੇ ਵੋਟਾਂ ਮਿਲ ਗਈਆਂ। ਹੁਣ ਦਿੱਕਤ ਇਹ ਆ ਗਈ ਵੀ 2.5-3 ਸਾਲ ਲੰਘ ਚਲੇ ਇਹਨਾਂ, ਇਹਨਾਂ ਨੇ 1 ਰੁਪਈਏ ਦਾ ਵੀ ਕੰਮ ਨਹੀਂ ਕਰਿਆ, ਜਿਹੜੀ ਸੜਕਾਂ ਟੁੱਟੀ ਪਈਆਂ ਸਾਡੇ ਟਾਈਮ ਗੀਆਂ ਬਣੀ ਪਈਆਂ ਲੋਕਾਂ ਵਾਲੀਆਂ, ਉਹਨਾਂ ਵਿੱਚ ਦੇਖੋ ਟੋਏ ਕਿੰਨੇ ਪਏ ਵੀ, ਪਹਿਲਾਂ ਤਾਂ ਨਿਰੰਗ ਸਿੰਘ ਠਾਣੇਦਾਰ ਕੇ ਕੋਠੀ ਆ ਉਹਦਾ, ਉਸਕੇ ਸਾਹਮਣੇ ਝੁੰਗੀਆਂ ਨੂੰ ਰੁੜ ਜਾ ਰਹੀ ਆ, ਇਸਕੇ ਵਿੱਚ ਪਿੰਡ ਵਾਲਿਆਂ ਨੇ ਕਈ ਵਾਰੀ ਮਲਬਾ ਪਾ ਲਿਆ, ਪਰ ਸਰਕਾਰ ਉਸਨੂੰ ਬਣਾਉਣੇ ਤੱਕ ਨਹੀਂ ਆਈ, ਨਾ ਕਾਂਗਰਸ ਨੇ ਬਣਾਈ ਨਾ ਆਮ ਬਣਾ ਰਹੀ, ਲੰਘਣਾ ਵੀ ਔਖਾ ਹੋਇਆ ਵਾ, ਜੇ ਚਿੜੀਆ ਕਰਕਾ ਮੂੰਹ ਆ, ਚਿੜੀਆ ਕਰਕਾ ਪਿੰਡ ਹੋਣੇ ਕਰਕਾ ਵੀ ਸੜਕ ਨਹੀਂ ਬਣਦੀ। ਜੇਕਰ ਜਿਵੇਂ ਤੁਸੀਂ ਦੱਸਿਆ ਕਿ ਵੀ ਮੇਰੇ 'ਤੇ ਇਨਕੁਆਇਰੀਆਂ ਵੀ ਬਿਠਾਈਆਂ ਗਈਆਂ ਪਰ ਨਿਕਲਿਆ ਉਹ 'ਚ ਕੁਛ ਨਹੀਂ, ਇੱਕ ਵਾਰ ਮਨ 'ਚ ਆਉਂਦੀ ਨਹੀਂ ਕਿ ਵੀ ਅਸੀਂ ਗਲਤ ਪੰਗਾ ਲੈ ਲਿਆ, ਅਸੀਂ ਤਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੀ ਸੀ, ਪਰ ਸਾਨੂੰ ਉਲਟਾ ਜਿਹੜਾ ਫਸਾਉਣ ਦੀਆਂ ਕੋਸ਼ਿਸ਼ਾਂ? ਨਾ, ਗੱਲ ਇਸ ਤਰ੍ਹਾਂ, ਅਗਰ ਇਲੈਕਸ਼ਨ ਆ ਜਾ, ਮੈਨੂੰ ਕਿਸੇ ਦਾ ਵੋਟ ਮੰਗਣੇ ਜਾਣੇ ਦੀ ਲੋੜ ਨਹੀਂ ਹੈਗੀ, ਮੈਨੂੰ ਘਰਾਂ ਬੈਠੇ ਵੋਟਾਂ ਪੈਣੀ ਸਾਰੇ ਪਿੰਡ ਬੰਦੇ,
ਮੈਂ 1 ਰੁਪਈਆ ਵੀ ਖਰਚ ਨਹੀਂ ਕਰਦਾ। ਲੋਕ ਮੈਨੂੰ ਬਥੇਰਾ ਜ਼ੋਰ ਲਾਇਆ, ਮੈਂ ਕਿਹਾ ਮੈਂ 1 ਰੁਪਈਆ ਖਰਚ ਨਹੀਂ ਕਰਨਾ ਬਾਈ, ਫਿਰ ਕਦੀ ਕਹਾਂ। ਪਰ ਮੈਂ ਵੀ ਦੇਖਣਾ ਲੋਕਾਂ ਨੂੰ, ਜੇ ਖੜਿਆ ਮੈਂ ਆਪਣੇ ਮਤਲਬ ਮੈਂ ਖੜਦਾ ਨਹੀਂ, ਜੇ ਖੜਿਆ ਵੀ ਮੈਂ 1 ਰੁਪਈਏ ਨੇ ਖਰਚ ਕਰਨਾ ਵੀ ਮੈਂ ਘਰਾਂ ਬੈਠੇ ਨੂੰ ਵੋਟਾਂ ਪਾਓ ਜੀ ਨਹੀਂ ਪਾਣੀਆਂ, ਮੈਂ ਵੈਸੇ ਹੀ ਖੜਦਾ। ਫਿਰ ਵੋਟ ਪਾ ਦੇਣਗੇ ਲੋਕ? ਹਾਂ ਹਾਂ, ਵੋਟ ਪਾ ਦੇਣਗੇ ਜਿਹੜੇ ਕਾਂਗਰਸੀ ਬੰਦੇ ਤੇ ਨਾ, ਕਾਂਗਰਸੀ ਬੰਦੇ ਤੇ ਉਹਨਾਂ ਮੇਰੀ ਇਨਕੁਆਇਰੀ ਕਰਾਈ ਢਿੱਲੋਂ ਨੇ, ਢਿੱਲੋਂ ਆਪਣਾ ਹੈ ਨੀ ਦਵਿੰਦਰ ਸਿੰਘ ਢਿੱਲੋਂ, ਇਹਨੇ ਪਿੰਡ ਦੇ ਵਿੱਚ ਭੇਜ ਕੇ ਆਪਣੀ ਯੂਨੀਵਰਸਿਟੀ 'ਤੇ 14 ਸੈਕਟਰ 'ਤੇ ਆਪਣਾ ਬੰਦਾ ਭੇਜਿਆ ਇਹਨੇ ਕੋਈ ਪ੍ਰੋਫੈਸਰ, ਉਹਨੇ ਇਨਕੁਆਇਰੀ ਕਰੀ ਸਾਰੇ ਪਿੰਡ 'ਮਾਂ। ਕਾਂਗਰਸੀਆਂ ਨੇ ਵੀ ਇਹੀ ਕਿਹਾ ਵੀ ਜੇ ਅਗਰ ਇਸ ਨੂੰ ਵੋਟ ਟਿਕਟ ਮਿਲ ਗਈ ਇਸ ਕਿੰਨੇ ਐਮ ਸੀ ਕੀ ਤਾਂ ਸਾਰੀ ਵੋਟ ਇਹਨੂੰ ਪੈਣੀ, ਕਿਸੇ ਨੂੰ 1 ਵੋਟ ਨਹੀਂ ਪੈਣੀਗੀ। ਉਹਨੇ ਜਾ ਕੇ ਰਿਪੋਰਟ ਦੇ ਦੀ, ਉਹਨਾਂ ਨੇ ਕਿਆ ਕਰਿਆ ਚੱਕ ਇਹਨਾਂ ਤੋਂ ਹਰੀਜਨ ਕੀ ਸਰਪੰਚੀ ਦੀ, ਉੱਤੇ ਬਾਅਦ ਲੇਡੀ ਸੀਟ ਕਰਤੀ ਹਰੀਜਨਾਂ ਕੀ, ਮੈਂ ਫਿਰ ਕਿੰਨੇ ਖੜਨਾ ਤਾ, ਫਿਰ ਲੈ ਗਿਆ ਤਾ ਬੂਹਾ, ਥੋੜ੍ਹੀ ਸੀਟਾਂ ਕੱਢ ਲੈ ਗਿਆ। ਹਾਂਜੀ, ਤਾਂ ਕਿਤੇ ਨਾ ਕਿਤੇ ਪਿੰਡਾਂ 'ਚ ਵੀ ਸਿਆਸਤ ਆ ਜਿਹੜੀ ਭਾਰੂ ਪੈ ਰਹੀ ਆ। ਹਾਂਜੀ, ਵੀ ਪਿੰਡਾਂ 'ਚ ਵੀ ਸਿਆਸਤ ਆ ਜਿਹੜੀ ਭਾਰੂ ਪੈ ਰਹੀ ਆ, ਲੀਡਰ ਜਿਹੜੇ ਆ ਉਹ ਪਿੰਡਾਂ 'ਚ ਵੀ ਸਿਆਸਤ ਜਿਹੜੀ ਆ ਪੂਰੇ ਪੱਧਰ 'ਤੇ ਕਰਦੇ ਆ? ਨਹੀਂ, ਕੋਈ ਹਾਂ ਕਰ ਤਾਂ ਰਹੇ, ਪਰ ਮਹਾਰਾਜ ਐਮ ਐਲ ਏ ਕਦੀ ਆਏ ਨਹੀਂ ਅੱਜ ਤੱਕ ਪਿੰਡ 'ਮਾਂ, ਸਾਡੇ ਪਿੰਡ 'ਮਾਂ ਨਹੀਂ ਆਇਆ ਅੱਜ ਤੱਕ, ਜਦ ਕੇ ਉਹਦੇ ਵਿੱਚ ਚਿਤਕਾ ਗਿਆ। ਨਹੀਂ, ਮੈਂ ਜਿਵੇਂ ਤੁਸੀਂ ਕਿਹਾ ਕਿ ਦਵਿੰਦਰ ਢਿੱਲੋਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ, ਮੈਂ ਉਹਦੇ ਸੰਬੰਧੀ ਕਹਿ ਰਿਹਾ ਵੀ ਉਹ ਵੀ ਲੀਡਰ ਜਿਹੜੇ ਆ ਪਿੰਡਾਂ 'ਚ ਜਿਹੜੇ ਜਾਣ ਬੁੱਝ ਕੇ ਦਖਲ ਅੰਦਾਜ਼ੀ ਕਰਦੇ, ਜਦੋਂ ਕੋਈ ਕਹਿੰਦੇ ਅਸੀਂ ਤਾਂ ਸਭ ਦੇ ਐਮ ਐਲ ਏ ਹਾਂ ਜਦੋਂ ਜਾਂ ਸਭ ਦੇ ਲੀਡਰ ਹਾਂ। ਹਾਂ, ਢਿੱਲੋਂ ਸਾਹਿਬ ਨੇ ਦੇਖੋ ਕਰਿਆ ਤਾਂ ਹੈ, ਆ ਮਾੜਾ ਹੀ ਕਰਿਆ, ਇਸ ਨੇ ਕਰਵਾਈ ਹੈ ਮੇਰੀ ਇਨਕੁਆਇਰੀ ਵੈਸੇ ਤਾਂ, ਫਿਰ ਇਨਕੁਆਇਰੀ ਕਰਾਉਣ ਦੇ ਬਾਅਦ ਇਹਨੂੰ ਪਤਾ, ਇਹਨੂੰ ਪਤਾ ਲੱਗ ਗਿਆ ਨਾ ਵੀ ਮੇਰਾ ਕੋਈ ਹਿੱਲਾ ਨਹੀਂ ਹੋਣੇਗਾ, ਤਾਂ ਇਹਨੇ ਮੇਰੇ ਰਿਸ਼ਤੇਦਾਰ ਕੇ ਥਰੂ ਮੈਨੂੰ ਚੰਡੀਗੜ੍ਹ ਬੁਲਾਇਆ। ਉੱਥਾਂ ਮੈਂ ਬਹੁਤ ਬੇਇੱਜ਼ਤੀ ਕਰੀ ਸੀ, ਹੱਥ ਬੰਨ ਕੇ ਖੜ ਗਈ, ਮੈਂ ਅੱਜ ਤੋਂ ਬਾਅਦ ਤਾਰੇ ਖਿਲਾਫ਼ ਅੱਜ ਤੋਂ ਬਾਅਦ ਕੋਈ ਪੁਆਇੰਟ ਨਹੀਂ ਚੱਕਣੇਗਾ। ਫਿਰ ਉਸ ਤੋਂ ਬਾਅਦ ਇਹਨੇ ਕੋਈ ਮੇਰੇ ਬਾਰੇ ਹਰਕਤ ਨਹੀਂ ਕਰੀ, ਇਹਨੂੰ ਪਤਾ ਲੱਗ ਗਿਆ ਵੀ ਸੱਚੇ ਬੱਚੇ ਬੰਦੇ ਆ, ਸਾਰਾ ਕੁਛ ਸਾਰਾ ਜ਼ੋਰ ਲਾ ਲਿਆ ਇਹਨੇ। ਤਾਂ ਤੁਸੀਂ ਸੁਣਿਆ ਹੈ ਕਿ ਜਿਹੜੇ ਲੀਡਰ ਅਕਸਰ ਵੋਟਾਂ ਟਾਈਮ ਵਾਅਦਾ ਜਾਂ ਦਾਅਵਾ ਕਰਦੇ ਆ ਕਿ ਅਸੀਂ ਹਰ ਇੱਕ ਸਮੱਸਿਆ ਹੱਲ ਕਰਾਂਗੇ, ਪਿੰਡ ਦੇ ਹਾਲਾਤ ਬਦਲ ਦਾਂਗੇ, ਪਰ ਉਹੀ ਲੀਡਰ ਕਿਤੇ ਨਾ ਕਿਤੇ ਬਾਅਦ 'ਚ ਸਿਆਸੀ ਦਾਅ ਖੇਡਣ ਦੇ ਲਈ, ਸਿਆਸੀ ਦਬਾਅ ਪਾਉਣ ਦੇ ਲਈ ਸਰਪੰਚਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਆ। ਗੁਰਚਰਨ ਸਿੰਘ ਨੇ ਆਪਣੀ ਜਿਹੜੀ ਸਾਰੀ ਕਹਾਣੀ ਤੁਹਾਨੂੰ ਦੱਸੀ ਹੈ, ਅਤੇ ਇਸੇ ਸੰਬੰਧੀ ਅਸੀਂ ਪਿੰਡ ਦੇ ਕੁਝ ਮੈਂਬਰ ਪੰਚਾਇਤਾਂ ਨਾਲ ਜਾਂ ਪਿੰਡ ਦੇ ਵਸਨੀਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪਿੰਡ 'ਚ ਕੀ ਮਾਹੌਲ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਹੈ ਜਿਹੜੀ ਉਹ ਸਰਪੰਚੀ ਦੀ ਹੋਣ ਜਾ ਰਹੀ ਹੈ, ਜਿਹੜੀ ਹੈ ਤਰੀਕਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ, ਪਰ ਕਿਤੇ ਨਾ ਕਿਤੇ ਮਾਹੌਲ ਪੂਰੀ ਤਰ੍ਹਾਂ ਸਿਰਜਿਆ ਜਾ ਰਿਹਾ ਅਤੇ ਜਲਦੀ ਤਰੀਕਾਂ ਵੀ ਐਲਾਨ ਹੋ ਜਾਏਗਾ, ਅਤੇ ਇਸ ਸੰਬੰਧੀ ਜਿਹੜੀ ਆ ਹੋਰ ਵੀ ਅੱਗੇ ਗੱਲਬਾਤ ਕਰਦੇ ਹਾਂ।